ਇਨਸਾਨ ਆਪਣੀ ਮਿੱਟੀ ਤੋਂ ਚਾਹੇ ਦੂਰ ਹੋ ਜਾਵੇ ਪਰ ਮਿੱਟੀ ਦੀ ਮਹਿਕ ਉਸਨੂੰ ਹਮੇਸ਼ਾ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਮੁਲਕ ਦੀ ਜਾਨੀ ਪਹਿਚਾਨੀ ਹਸਤੀ ਅਤੇ ਉੱਡਣੇ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਦਾ ਦਿਲ ਅੱਜ ਵੀ ਪਾਕਿਸਤਾਨ 'ਚ ਆਪਣੇ ਜੱਦੀ ਪਿੰਡ ਲਈ ਧੜਕਦਾ ਹੈ। ਬਟਵਾਰੇ ਦੇ ਦੌਰਾਨ ਹੋਏ ਦੰਗਿਆਂ 'ਚ ਆਪਣੇ ਪਰਿਵਾਰ ਨੂੰ ਗਵਾਉਣ ਵਾਲੇ ਮਿਲਖਾ ਸਿੰਘ ਦੱਸਦੇ ਹਨ ਕਿ ਇਹ ਦਰਦ ਅੱਜ ਵੀ ਕਈ ਵਾਰ ਉਹਨਾਂ ਨੂੰ ਸੁੱਤੇ ਹੋਏ ਨੂੰ ਜਗਾ ਦਿੰਦਾ ਹੈ। ਮਿਲਖਾ ਸਿੰਘ ਮੁਤਾਬਕ ਕੁਝ ਦਿਨ ਪਹਿਲਾਂ ਉਹਨਾਂ ਨੂੰ ਪਾਕਿਸਤਾਨ ਦੇ ਮੁਲਤਾਨ ਤੋਂ ਇੱਕ ਲੋਕਲ ਪੱਤਰਕਾਰ ਦਾ ਫੋਨ ਆਇਆ। ਉਸ ਪੱਤਰਕਾਰ ਨੇ ਮੇਰੇ ਪਿੰਡ ਦੇ ਬਾਰੇ 'ਚ ਪੁੱਛਿਆ। ਮੈਂ ਉਸਨੂੰ ਦੱਸਿਆ ਕਿ ਮੇਰੇ ਪਿੰਡ ਦਾ ਨਾਮ ਗੋਬਿੰਦਪੁਰਾ ਸੀ ਜੋ ਕਿ ਮੁਲਤਾਨ ਦੇ ਕਰੀਬ ਹੈ। ਇਸ ਤੋਂ ਬਾਅਦ ਉਸ ਪੱਤਰਕਾਰ ਨੇ ਪਹਿਲਾਂ ਤਾਂ ਗੋਬਿੰਦਪੁਰਾ ਪਿੰਡ ਨੂੰ ਤਲਾਸ਼ਿਆ ਅਤੇ ਹੁਣ ਪਾਕਿਸਤਾਨ 'ਚ ਬਸਤੀ ਬੁਖਾਰੀਆ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਮਿਲਖਾ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਹੈਰਾਨੀ ਹੈ ਕਿ ਉਸ ਪੱਤਰਕਾਰ ਨੇ ਪਿੰਡ ਜਾ ਕੇ ਪਹਿਲਾਂ ਤਾਂ 80-90 ਸਾਲ ਦੇ ਬਜ਼ੁਰਗਾਂ ਤੋਂ ਮੇਰੇ ਬਾਰੇ ਜਾਣਕਾਰੀ ਲਈ। ਉਸ ਤੋਂ ਬਾਅਦ ਉਸਨੇ ਸਾਡੇ ਬਚਪਨ ਦੇ ਕਿੱਸਿਆਂ ਦੇ ਬਾਰੇ 'ਚ ਪੁੱਛਿਆ। ਮਿਲਖਾ ਦੱਸਦੇ ਹਨ ਕਿ ਮੇਰੇ ਨਾਲ ਮਸਜਿਦ 'ਚ ਪੜ੍ਹਨ ਵਾਲੇ ਲੋਕਾਂ ਨੂੰ ਅੱਜ ਵੀ ਮੇਰਾ ਪਰਿਵਾਰ ਯਾਦ ਹੈ। ਇਸ ਪੱਤਰਕਾਰ ਨੇ ਬਾਅਦ ਵਿੱਚ ਮੈਨੂੰ ਟ੍ਰੈਵਲ ਟੂ ਫਲਾਇੰਗ ਸਿੱਖ ਮਿਲਖਾ ਵਿਲੇਜ ਗੋਬਿੰਦਪੁਰਾ ਨਾਮ ਨਾਲ ਇੱਕ ਵੀਡੀਓ ਫੁਟੇਜ ਦਾ ਲਿੰਕ ਭੇਜਿਆ, ਜਿਸ ਵਿੱਚ ਮੈਂ ਵੇਖਿਆ ਕਿ ਅੱਜ ਵੀ ਮੇਰੇ ਪਿੰਡ ਦੇ ਲੋਕ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਯਾਦ ਕਰਦੇ ਹਨ। ਇੰਨਾ ਹੀ ਨਹੀਂ, ਕੁਝ ਬਜ਼ੁਰਗਾਂ ਨੂੰ ਤਾਂ ਮੇਰੇ ਪਿਤਾ ਸੰਪੂਰਨ ਸਿੰਘ ਤੱਕ ਦਾ ਨਾਮ ਯਾਦ ਹੈ। ਉਹਨਾਂ ਨੇ ਮੇਰੇ ਭਰਾਵਾਂ ਸਮੇਤ ਪਿੰਡ ਦੇ ਸਾਰੇ ਸਿੱਖ ਪਰਿਵਾਰਾਂ ਦੇ ਨਾਮ ਦੱਸੇ। ਬਟਵਾਰੇ ਦੌਰਾਨ ਹੋਈ ਹਿੰਸਾ ਦੇ ਬਾਰੇ 'ਚ, ਸਾਡੇ ਬਚਪਨ ਦੇ ਕਿੱਸਿਆਂ ਦੇ ਬਾਰੇ 'ਚ ਉਸ ਪੱਤਰਕਾਰ ਨੂੰ ਦੱਸਿਆ। ਇਸ ਦੌਰਾਨ ਉਸਨੇ ਦੱਸਿਆ ਕਿ ਕਿਵੇਂ ਅਸੀਂ ਮਸਜਿਦ ਵਿੱਚ ਪੜ੍ਹਦੇ ਸੀ, ਕਿਵੇਂ ਮੇਰੇ ਪਰਿਵਾਰ ਨੂੰ ਦੰਗਈਆਂ ਨੇ ਮਾਰਿਆ। ਇਹ ਵੀਡੀਓ ਦੇਖ ਕੇ ਮੈਨੂੰ ਉਹ ਸਾਰਾ ਮੰਜ਼ਰ ਯਾਦ ਆ ਗਿਆ ਜਿਸ ਨੂੰ ਪਲਾਉਂਦੇ ਪਲਾਉਂਦੇ ਦਹਾਕਿਆਂ ਬੀਤ ਚੁੱਕੇ ਨੇ ਅਤੇ ਮੈਂ ਬੁੱਢਾ ਹੋ ਗਿਆ ਸੀ। ਇਸਨੇ ਮੈਨੂੰ ਕਾਫੀ ਦੁਖੀ ਕੀਤਾ ਪਰ ਨਾਲ ਹੀ ਖੁਸ਼ੀ ਵੀ ਹੋਈ ਕਿ ਲੋਕਾਂ ਦੇ ਦਿਲਾਂ 'ਚ ਅੱਜ ਵੀ ਅਸੀਂ ਜਿੰਦਾ ਹਾਂ। ਮਿਲਖਾ ਦੱਸਦੇ ਹਨ ਕਿ ਮੇਰੇ ਕੰਨਾਂ 'ਚ ਅੱਜ ਵੀ ਭਾਗ ਮਿਲਖਾ ਭਾਗ ਸੁਣਾਈ ਦਿੰਦਾ ਹੈ। ਮੈਨੂੰ ਅੱਜ ਵੀ ਬਟਵਾਰੇ ਦਾ ਉਹ ਮੰਜ਼ਰ ਯਾਦ ਆਉਂਦਾ ਹੈ ਤਾਂ ਸਹਿਰ ਜਾਂਦਾ ਹਾਂ। ਮਿਲਖਾ ਸਿੰਘ ਦੱਸਦੇ ਹਨ ਕਿ ਉਹਨਾਂ ਨੇ ਗੁਲਾਮੀ ਅਤੇ ਦੇਸ਼ ਦੇ ਬਟਵਾਰੇ ਦਾ ਦਰਦ ਝੱਲਿਆ ਹੈ। ਇਹੀ ਵਜ੍ਹਾ ਹੈ ਕਿ ਜਦੋਂ ਉਹ 1960 ਵਿੱਚ ਪਾਕਿਸਤਾਨ ਦੌੜਨ ਲਈ ਗਏ ਤਾਂ ਉਹਨਾਂ ਦੇ ਮਨ ਵਿੱਚ ਇਹੀ ਸੀ ਕਿ ਦੌੜ ਪ੍ਰਤੀਯੋਗਤਾ ਨਹੀਂ, ਜੁੱਧ ਦਾ ਮੈਦਾਨ ਹੈ ਅਤੇ ਮੈਂ ਹਾਰਿਆ ਤਾਂ ਮੇਰਾ ਦੇਸ਼ ਹਾਰ ਜਾਵੇਗਾ। ਮੈਂ ਜਿੱਤ ਹਾਸਲ ਕੀਤੀ ਤਾਂ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਮੈਨੂੰ ਬੁਲਾ ਕੇ ਕਿਹਾ ਕਿ ਮਿਲਖਾ, ਅੱਜ ਤੁਸੀਂ ਦੌੜੇ ਹੁੰਦੇ ਤਾਂ ਯਕੀਨਨ ਹਾਰ ਜਾਂਦੇ, ਪਰ ਅੱਜ ਤੁਸੀਂ ਉੱਡੇ ਹੋ। ਇਸ ਲਈ ਉਹਨਾਂ ਨੇ ਮੈਨੂੰ ਉੱਡਣਾ ਸਿੱਖ ਦੀ ਉਪਾਧੀ ਦਿੱਤੀ ਸੀ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।